मिली जदों इन्हां ने कल्याणपुर मोड़ दे उत्ते जिहड़ा वा माड़े अंसरां दे संबंध विच जिहड़ा नाका लगाया होया सी ते तीन जिहड़े लड़के आ ਉਹ ਜਿਹੜੇ ਇੱਕ ਸਪਲੈਂਡਰ ਮੋਟਰਸਾਈਕਲ ਦੇ ਆਏ ਜਿਹਦਾ ਉੱਤੇ ਮੋਟਰਸਾਈਕਲ ਦੇ ਉੱਤੇ ਕੋਈ ਨੰਬਰ ਨਹੀਂ ਸੀ ਲੱਗਾ ਤੇ ਉਹਦੇ ਕੋਲੋਂ ਜਿਹੜਾ ਸਖਤੀ ਨਾਲ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਤੇ ਇਹਨਾਂ ਦੱਸਿਆ ਵੀ ਇਹ ਮੋਟਰਸਾਈਕਲ ਵੀ ਅਸੀਂ ਜਿਹੜਾ ਚੋਰੀ ਕੀਤਾ ਹੈ। ਜਦੋਂ ਇਹਨਾਂ ਦੀ ਤਲਾਸ਼ੀ ਜਿਹੜੀ ਆ ਕੀਤੀ ਗਈ ਆ ਤਾਂ ਇੱਕ ਦੇ ਡੱਬ ਦੇ ਵਿੱਚੋਂ ਜਿਹੜਾ ਵਾ ਉਹ ਪਿਸਟਲ ਬਰਾਮਦ ਹੋਇਆ ਵਾ ਜਿਹਦਾ ਇਹ ਕੋਈ ਲਾਇਸੈਂਸ ਨਹੀਂ ਪੇਸ਼ ਕਰ ਸਕੇ ਜਿਹੜਾ ਬਿਲਕੁਲ ਨਜਾਇਜ਼ ਸੀਗਾ। ਜਿਹੜੀ अपना जिहड़े माड़े अंसर के संबंध में जिहड़ी आ एस एच ओ साहब जिहड़े अपनी पुलिस पार्टी के नाल धारीवाल शहर के गश्त कर रहे सी ते एक जिहड़े दो व्यक्ति सीगे जिन्हां ने जिहड़ा मोबाइल स्नैच किया सी खोया सीगा ते उस वेले तुरंत पुलिस ने हरकत में आ के इन्हां दोवां नूं भी तुरंत जिहड़ा वा जिन्हां ने मोबाइल स्नैच किया सी इन्हां दा नाम जिहड़ा इक दा नाम मनिंदर सिंह ते दूजे दा नाम कुलदीप सिंह आ दोनों घुम्मण कलां दे खुरद पिंड दे आ। इन्हां दे कोलों जिहड़ा खोया होया स्नैच किया मोबाइल भी उस वेले रिकवर किया। साडे मानयोग एस एस पी साहब गुरदासपुर के सख्त दिशा निर्देशों के संबंध में जिहड़ा वा एस एच ओ धारीवाल ते इन्हां दी टीम नूं उस वेले मिति 25/7/23 की रात को जी उस वे भारी सफलता मिली जदों इन्होंने कल्याणपुर मोड़ के उत्ते जिहड़ा वा माड़े अंसर के संबंध में जिहड़ा नाका लगाया होया सी ते तीन जिहड़े लड़के आ उह जिहड़े इक स्पलेंडर मोटरसाइकिल दे आए जिहदा उत्ते मोटरसाइकिल दे उत्ते कोई नंबर नहीं सी लगा ते उहदे कोलों जिहड़ा सख्ती नाल इन्हां कोलों पुछगिछ कीती ते इन्हां दस्सिया वी इह मोटरसाइकिल वी असीं जिहड़ा चोरी कीता है। जदों इन्हां दी तलाशी जिहड़ी आ कीती गई आ ਤਾਂ ਇੱਕ ਦੇ ਡੱਬ ਦੇ ਵਿੱਚੋਂ ਜਿਹੜਾ ਵਾ ਉਹ ਪਿਸਟਲ ਬਰਾਮਦ ਹੋਇਆ ਵਾ ਜਿਹਦਾ ਇਹ ਕੋਈ ਲਾਇਸੈਂਸ ਨਹੀਂ ਪੇਸ਼ ਕਰ ਸਕੇ ਜਿਹੜਾ ਬਿਲਕੁਲ ਨਜਾਇਜ਼ ਸੀਗਾ ਤੇ ਜਿਹਦੇ ਸਬੰਧ ਦੇ ਵਿੱਚ ਇਹੜੇ ਦੋਸ਼ੀਆਂ ਦੇ ਜਿਹੜੇ ਨਾਂ ਪਤੇ ਪੁੱਛੇ ਆ ਪਹਿਲੇ ਨੇ ਆਪਣਾ ਨਾਮ ਜਿਹੜਾ ਵਾ ਦੇਵ ਕੁਮਾਰ ਉਰਫ ਦੇਬੂ ਸਨ ਆਫ ਲਕਸ਼ਮੀ ਨਰਾਇਣ, ਦੂਸਰੇ ਨੇ ਆਪਣਾ ਨਾਂ ਅਜੇ ਕੁਮਾਰ ਸਨ ਆਫ ਵਿਸ਼ਨੂੰ, ਤੀਜੇ ਨੇ ਸ਼ੰਭੂ ਸਨ ਆਫ ਰਵਿੰਦਰ ਵਾਸੀ ਰਜੀਵ ਕਲੋਨੀ ਧਾਰੀਵਾਲ ਦੱਸਿਆ ਵਾ ਤੇ ਇਹਨਾਂ ਦੇ ਕੋਲੋਂ ਜਿਹੜਾ ਵਾ ਇਹ ਇੱਕ ਪਿਸਟਲ ਨਜਾਇਜ਼ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਵਾ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਆ ਤੁਰੰਤ ਜਿਹੜੀ ਆ ਮੁਕਦਮਾ ਨੰਬਰ 78 ਮਿਤੀ 26/7/23 ਅੰਡਰ ਸੈਕਸ਼ਨ 379/411 IPC 25 ਆਰਮਸ ਐਕਟ ਥਾਣਾ ਧਾਰੀਵਾਲ ਵਿਖੇ ਦਰਜ ਕੀਤਾ ਗਿਆ ਵਾ ਤੇ ਇਹਨਾਂ ਦੇ ਕੋਲੋਂ ਜਿਹੜੀ ਆ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਵੀ ਇਹਨਾਂ ਨੇ ਜਿਹੜਾ ਇਹ ਜਿਹੜਾ ਕਿਸ ਮਕਸਦ ਵਾਸਤੇ ਜਿਹੜਾ ਪਿਸਟਲ ਰੱਖਿਆ ਸੀਗਾ ਤੇ ਇਹ ਇਹਨਾਂ ਨੇ ਕਿੱਥੋਂ ਖਰੀਦਿਆ ਸੀਗਾ ਇਹਦੇ ਬਾਰੇ ਜਿਹੜਾ ਵਾ ਇਹਨਾਂ ਦਾ ਅੱਜ ਜਿਹੜਾ ਵਾ ਉਹ ਕਾਇਦੇ ਅਨੁਸਾਰ ਜਿਹੜਾ ਵਾ ਪੁਲਿਸ ਰਿਮਾਂਡ ਜੱਜ ਸਾਹਿਬ ਤੋਂ ਲੈ ਕੇ ਤੇ ਹੋਰ ਡਗਿਆਈ ਨਾਲ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਏਗੀ ਤੇ ਇਸੇ ਮੱਦੇਨਜ਼ਰ ਹੀ ਆਪਣਾ ਜਿਹੜੇ ਮਾੜੇ ਅੰਸਰਾਂ ਦੇ ਸਬੰਧ ਦੇ ਵਿੱਚ ਜਿਹੜੀ ਆ ਐਸ ਐਚ ਓ ਸਾਹਿਬ ਜਿਹੜੇ ਆਪਣੀ ਪੁਲਿਸ ਪਾਰਟੀ ਦੇ ਨਾਲ ਧਾਰੀਵਾਲ ਸ਼ਹਿਰ ਦੇ ਗਸ਼ਤ ਕਰ ਰਹੇ ਸੀ ਤੇ ਇੱਕ ਜਿਹੜੇ ਦੋ ਵਿਅਕਤੀ ਸੀਗੇ ਜਿਨ੍ਹਾਂ ਨੇ ਜਿਹੜਾ ਮੋਬਾਈਲ ਸਨੈਚ ਕੀਤਾ ਸੀ ਖੋਇਆ ਸੀਗਾ ਤੇ ਉਸ ਵੇਲੇ ਤੁਰੰਤ ਪੁਲਿਸ ਨੇ ਹਰਕਤ ਵਿੱਚ ਆ ਕੇ ਇਹਨਾਂ ਦੋਵਾਂ ਨੂੰ ਵੀ ਤੁਰੰਤ ਜਿਹੜਾ ਵਾ ਜਿਨ੍ਹਾਂ ਨੇ ਮੋਬਾਈਲ ਸਨੈਚ ਕੀਤਾ ਸੀ ਇਹਨਾਂ ਦਾ ਨਾਂ ਜਿਹੜਾ ਇੱਕ ਦਾ ਨਾਮ ਮਨਿੰਦਰ ਸਿੰਘ ਤੇ ਦੂਜੇ ਦਾ ਨਾਮ ਕੁਲਦੀਪ ਸਿੰਘ ਆ ਦੋਨੋਂ ਘੁੰਮਣ ਕਲਾਂ ਦੇ ਖੁਰਦ ਪਿੰਡ ਦੇ ਆ। ਇਹਨਾਂ ਦੇ ਕੋਲੋਂ ਜਿਹੜਾ ਖੋਇਆ ਹੋਇਆ ਸਨੈਚ ਕੀਤਾ ਮੋਬਾਈਲ ਵੀ ਉਸੇ ਵੇਲੇ ਰਿਕਵਰ ਕੀਤਾ ਜਿਹੜਾ ਇਹਦੇ ਸਬੰਧ ਦੇ ਵਿੱਚ ਇਹਨਾਂ ਦੋਨਾਂ ਦੇ ਖਿਲਾਫ ਮੁਕਦਮਾ ਨੰਬਰ 77 ਜਿਹੜਾ ਵਾ ਥਾਣਾ ਧਾਰੀਵਾਲ ਵਿਖੇ ਦਰਜ ਕੀਤਾ ਗਿਆ ਵਾ ਤੇ ਇਹ ਜਿਹੜੀ ਧਾਰੀਵਾਲ ਥਾਣੇ ਦੇ ਐਸ ਐਚ ਓ ਸਾਹਿਬ ਦੀ ਜਿਹੜੀ ਮਿਹਨਤ ਆ ਉਹ ਰੰਗ ਲਿਆਈ ਆ ਤੇ ਬਹੁਤ ਹੀ ਇਹਨਾਂ ਨੂੰ ਜਿਹੜੀ ਇਹਦੇ ਵਿੱਚ ਸਫਲਤਾ ਮਿਲੀ ਆ ਤੇ ਅੱਗੋਂ ਤੋਂ ਵੀ ਜਿਹੜਾ ਵਾ ਅਸੀਂ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਸਖਤ ਤਾੜਨਾ ਕਰਦੇ ਆ ਕਿ ਅਗਰ ਕਿਸੇ ਨੇ ਵੀ ਕੋਈ ਖੋਹ ਕੀਤੀ, ਕਿਸੇ ਨੇ ਕੋਈ ਨਸ਼ਾ ਵੇਚਿਆ, ਕੋਈ ਮਾੜਾ ਕਰਮ ਕੀਤਾ ਜਾਂ ਕੋਈ ਨਜਾਇਜ਼ ਵੈਪਰ ਰੱਖਿਆ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਹਾਂਜੀ, ਉਹਦੇ ਬਾਰੇ ਵੀ ਤਸਦੀਕ ਕਰ ਰਹੇ ਹਾਂ ਇਹਨਾਂ ਦਾ, ਇੱਥੋਂ ਵੀ ਜਿਹੜਾ ਅਸੀਂ ਰਿਕਾਰਡ ਚੈੱਕ ਕਰਕੇ ਦੇਖ ਰਹੇ ਹਾਂ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਮੁਕਦਮੇ ਦਰਜ ਆ ਤੇ ਇਸ ਤੋਂ ਇਲਾਵਾ ਹੋਰ ਥਾੜੇ ਪੰਜਾਬ ਦੇ ਵਿੱਚ ਥਾਣਿਆਂ ਦੇ ਵਿੱਚ ਵੀ ਜਿਹੜਾ ਅਸੀਂ ਚੈੱਕ ਕਰ ਰਹੇ ਹਾਂ ਇਹ ਵੀ ਤੁਹਾਨੂੰ ਅਸੀਂ ਜਲਦੀ ਹੀ ਦੱਸਾਂਗੇ ਇਹਨਾਂ ਦੇ ਖਿਲਾਫ ਕਿੰਨੇ ਪਰਚੇ ਦਰਜ ਆ। ਤੁਸੀਂ ਇਲੀਗਲ ਵੈਪਨ